ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਅੱਜ ਅਸੀਂ ਆਪਣੇ ਘਰ ਵਿੱਚ ਘੀਆ ਕੱਦੂ ਦੀ ਇਹ ਸਬਜ਼ੀ ਬਣਾਈ, ਇਹਨੂੰ ਅਸੀਂ ਕੁਛ ਵੱਖਰੇ ਢੰਗ ਨਾਲ ਬਣਾਇਆ, ਇਸ ਤਰ੍ਹਾਂ ਇਹ ਖਾਣ ਨੂੰ ਸਵਾਦ ਬਣਦੀ ਆ। ਇਹਦੇ ਲਈ ਮੈਂ ਇਹ ਇੱਕ ਕੜਛੀ ਸਰੋਂ ਦੇ ਤੇਲ ਦੀ ਲਈ ਆ, ਇਹ ਚਾਰ ਪਿਆਜ਼ ਕੱਟੇ ਹੋਏ ਆ, ਇਸ ਨੂੰ ਲੰਬਾ ਲੰਬਾ ਕੱਟ ਲਿਆ, ਅਤੇ ਤਿੰਨ ਹਰੀਆਂ ਮਿਰਚਾਂ, ਇਹ ਥੋੜ੍ਹਾ ਜਿਹਾ ਅਦਰਕ ਕੱਟ ਕੇ ਰੱਖ ਲਿਆ, ਅਤੇ ਇੱਕ ਟਮਾਟਰ। ਅਤੇ ਇਸ ਤਰ੍ਹਾਂ ਘੀਆ ਕੱਦੂ ਦੇ ਪੀਸ ਤੇ ਇਹ ਕੁਛ ਇੱਕ ਆਲੂ ਦਾ ਪੀਸਿਆ, ਇਹਨੂੰ ਮੈਂ ਇਸ ਤਰ੍ਹਾਂ ਬਰੀਕ ਬਰੀਕ ਕੱਟ ਲਿਆ। ਇਹ ਅੰਮ੍ਰਿਤਸਰੀ ਬੜੀਆਂ ਆ, ਜਿਹਨੂੰ ਮਹਾਨੀਆਂ ਬੜੀਆਂ ਕਹਿੰਦੇ ਆ, ਇਹਦੇ ਵਿੱਚੋਂ ਵੀ ਮੈਂ ਇੱਕ ਬੜੀ ਲਵਾਂਗੀ। ਅਤੇ ਇਸ ਬੜੀ ਨੂੰ ਇਸ ਤਰ੍ਹਾਂ ਖੋਲ੍ਹ ਕੇ ਦੇਖਾਂਗੇ ਕਿ ਇਹਦੇ ਵਿੱਚ ਕਈ ਵੇਲੇ ਕੀੜੇ ਵਗੈਰਾ ਹੁੰਦੇ ਆ, ਪਰ ਇਹ ਬੜੀ ਸਾਫ਼ ਆ ਕਿਉਂਕਿ ਇਹ ਤਾਜ਼ੀਆਂ ਹੀ ਲਿਆਉਂਦੀਆਂ ਆ। ਇਸ ਨੂੰ ਇਸ ਤਰ੍ਹਾਂ ਤੋੜ ਕੇ ਰੱਖ ਲਉਂਗੀ। ਸਰੋਂ ਦਾ ਤੇਲ ਸਾਡਾ ਹੁਣ ਗਰਮ ਹੋ ਚੁੱਕਾ ਆ, ਦੇਖੋ ਇਹ ਧੂੰਆਂ ਨਿਕਲਣ ਤੱਕ ਗਰਮ ਹੋ ਚੁੱਕਾ ਹੈ। ਇਹਦੇ ਵਿੱਚ ਹੁਣ ਇਹ ਵੜੀਆਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ, ਮਤਲਬ ਇਸ ਨੂੰ ਬਿਲਕੁਲ ਬਰਾਊਨ ਨਹੀਂ ਕਰਨਾ। ਥੋੜ੍ਹਾ ਜਿਹਾ ਇਸ ਤਰ੍ਹਾਂ ਭੁੰਨਣ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਬਾਹਰ ਕੱਢ ਲਵਾਂਗੇ। ਲਓ ਜੀ, ਬੜੀਆਂ ਸਾਡੀਆਂ ਹੁਣ ਭੁੱਜ ਚੁੱਕੀਆਂ ਆ, ਇਹਨਾਂ ਦਾ ਰੰਗ ਇਸ ਤਰ੍ਹਾਂ ਦਾ ਹੋ ਗਿਆ ਆ। ਅਤੇ ਬਾਕੀ ਦੀਆਂ ਜਿਹੜੀਆਂ ਕੁਛ ਬਰੀਕ ਬਰੀਕ ਸੀਗੀਆਂ, ਇਹਨਾਂ ਨੂੰ ਮੈਂ ਬਿਲਕੁਲ ਬਰੀਕ ਕਰਕੇ ਇਸ ਟਮਾਟਰਾਂ ਦੇ ਨਾਲ ਰੱਖ ਦਿੱਤਾ। ਹੁਣ ਇਸ ਸਰੋਂ ਦੀ ਤੇਲ ਵਿੱਚ ਪਿਆਜ਼ਾਂ ਨੂੰ ਭੁੰਨਾਂਗੇ, ਅਤੇ ਨਾਲ ਹੀ ਮੈਂ ਇਹ ਤਿੰਨ ਹਰੀਆਂ ਮਿਰਚਾਂ ਜਿਨ੍ਹਾਂ ਨੂੰ ਮੈਂ ਚੀਰਾ ਲਗਾਇਆ ਹੋਇਆ, ਇਹ ਵੀ ਵਿੱਚ ਹੀ ਪਾ ਦਿੱਤੀਆਂ। ਪਿਆਜ਼ਾਂ ਨੂੰ ਇਸ ਤਰ੍ਹਾਂ ਗੁਲਾਬੀ ਹੋਣ ਤੱਕ ਭੁੰਨਿਆ, ਅਤੇ ਇਹਦੇ ਵਿੱਚ ਮੈਂ ਕੱਟਿਆ ਹੋਇਆ ਅਦਰਕ ਪਾ ਦਿੱਤਾ। ਥੋੜ੍ਹੀ ਦੇਰ ਅਦਰਕ ਨੂੰ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਇਹ ਟਮਾਟਰ ਜਿਹੜਾ ਕੱਟ ਕੇ ਰੱਖਿਆ ਹੋਇਆ ਸੀ, ਇਹ ਵੀ ਪਾ ਦਿੰਦੇ ਹਾਂ। ਅਤੇ ਹੁਣ ਅਸੀਂ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਇਸ ਨਾਲ ਹੁਣ ਟਮਾਟਰ ਵੀ ਸੌਫਟ ਹੋ ਚੁੱਕੇ ਆ, ਅਤੇ ਸਾਡੇ ਮਸਾਲੇ ਨੇ ਤੇਲ ਵੀ ਛੱਡ ਦਿੱਤਾ ਆ। ਇਹਦੇ ਵਿੱਚ ਹੁਣ ਇਹ ਅੱਧਾ ਚਮਚਾ ਹਲਦੀ ਦਾ ਆ, ਅੱਧਾ ਚਮਚਾ ਧਨੀਆ ਪਾਊਡਰ ਆ, ਅਤੇ ਅੱਧਾ ਚਮਚਾ ਹੀ ਜੀਰਾ ਪਾਊਡਰ ਆ, ਇਹ ਪਾ ਦਿੰਦੇ, ਅਤੇ ਇੱਕ ਚਮਚਾ ਲੂਣ ਦਾ। ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ, ਅਤੇ ਮਸਾਲੇ ਨੂੰ ਤੇਲ ਰਿਲੀਜ਼ ਹੋਣ ਤੱਕ ਇਸ ਤਰ੍ਹਾਂ ਚੰਗੀ ਤਰ੍ਹਾਂ ਭੁੰਨਾਂਗੇ। ਹੁਣ ਸਾਡੇ ਮਸਾਲੇ ਨੇ ਇਹ ਤੇਲ ਛੱਡ ਦਿੱਤਾ ਹੈ, ਇਹਦੇ ਵਿੱਚ ਹੁਣ ਕੱਟੀ ਹੋਈ ਘੀਆ ਕੱਦੂ ਅਤੇ ਇੱਕ ਆਲੂ ਦਾ ਪੀਸ ਜਿਹੜਾ ਵਿੱਚ ਹੀ ਕੱਟਿਆ ਹੋਇਆ ਸੀ, ਇਹ ਸਾਰੇ ਨੂੰ ਅਸੀਂ ਮਿਕਸ ਕਰ ਦਿੰਦੇ ਹਾਂ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਇਸਨੂੰ ਢੱਕ ਕੇ ਪਕਾਵਾਂਗੇ। ਲਓ ਜੀ, ਅਸੀਂ ਇਸਨੂੰ ਹੁਣ ਢੱਕ ਦਿੰਦੇ ਹਾਂ। 5 ਮਿੰਟ ਬਾਅਦ ਅਸੀਂ ਇਸਨੂੰ ਇਸ ਤਰ੍ਹਾਂ ਖੋਲ੍ਹ ਕੇ ਦੇਖਾਂਗੇ ਢੱਕਣ ਨੂੰ, ਅਤੇ ਇਹਦੇ ਵਿੱਚ ਉਹ ਵੜੀਆਂ ਜਿਹੜੀਆਂ ਭੁੰਨ ਕੇ ਰੱਖੀਆਂ ਸੀ ਇਹ ਵੀ ਪਾ ਦਿੰਦੇ ਹਾਂ, ਅਤੇ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ, ਅਤੇ ਢੱਕ ਕੇ ਫਿਰ ਪਕਾਉਂਦੇ ਹਾਂ। ਇਸ ਤਰ੍ਹਾਂ ਘੀਆ ਕੱਦੂ ਨੇ ਲੂਣ ਪਾਉਣ ਕਰਕੇ ਥੋੜ੍ਹਾ ਜਿਹਾ ਪਾਣੀ ਛੱਡਿਆ ਆ, ਅਤੇ ਇਸੇ ਵਿੱਚ ਹੀ ਇਹ ਸਬਜ਼ੀ ਸਾਡੀ ਕੁੱਕ ਹੋ ਜਾਏਗੀ। ਇਸ ਤਰ੍ਹਾਂ ਆਪਾਂ ਇਹਨੂੰ ਦੇਖਦੇ ਹਾਂ ਵੀ ਸਾਡੀ ਹਜੇ ਸਬਜ਼ੀ ਬਣੀ ਨਹੀਂ ਹੈਗੀ, ਇਹਦੇ ਵਿੱਚ ਥੋੜ੍ਹੀ ਜਿਹੀ ਹਜੇ ਕਸਰ ਆ, ਭਾਵਾ ਜੀ ਇਹ 10 ਮਿੰਟ ਤੱਕ ਹੀ ਬਣੇਗੀ। ਇਸ ਨੂੰ ਢੱਕ ਢੱਕ ਕੇ ਪਕਾਉਂਦੇ ਹਾਂ। ਇਸ ਤਰ੍ਹਾਂ ਅਸੀਂ ਇਸ ਸਬਜ਼ੀ ਨੂੰ 20 ਮਿੰਟ ਤੱਕ ਪਕਾਇਆ, ਹੁਣ ਦੇਖਣ ਨੂੰ ਲੱਗ ਰਿਹਾ ਕਿ ਸਾਡੀ ਸਬਜ਼ੀ ਇਹ ਬਣੀ ਹੋਈ ਹੈ। ਅਸੀਂ ਇਸਨੂੰ ਇਸ ਤਰ੍ਹਾਂ ਚੈੱਕ ਕਰ ਲੈਂਦੇ ਹਾਂ ਕੜਛੀ ਦੀ ਮਦਦ ਨਾਲ। ਲਓ ਜੀ, ਇਹ ਸਾਡੀ ਸਬਜ਼ੀ ਹੁਣ ਬਣ ਕੇ ਤਿਆਰ ਆ, ਅਤੇ ਅਸੀਂ ਇਸਨੂੰ ਇੱਕ ਬਾਊਲ ਵਿੱਚ ਕੱਢ ਲੈਂਦੇ ਹਾਂ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ। ਇਸ ਤਰ੍ਹਾਂ ਇਹ ਖਾਣ ਨੂੰ ਵੀ ਬਹੁਤ ਵਧੀਆ ਬਣਦੀ ਆ, ਜਿੱਦਾਂ ਕਿ ਦੇਖਣ ਨੂੰ ਵੀ ਇਹ ਬਹੁਤ ਵਧੀਆ ਲੱਗ ਰਹੀ ਆ। ਇਸ ਤਰ੍ਹਾਂ ਇੱਕ ਇਹ ਘੀਆ ਕੱਦੂ ਦਾ ਬਦਲਵਾਂ ਸਵਾਦ ਹੋ ਜਾਂਦਾ ਆ। ਥੈਂਕਸ ਫੋਰ